ਐਮਰਜੈਂਸੀ ਛੁੱਟੀ ਲੈ ਕੇ ਘਰ ਪਰਤ ਰਹੇ ਫੌਜ ਦੇ ਜਵਾਨ ਦੀ ਬੱਸ ਦੇ ਵਿੱਚ ਮੌਤ ਹੋ ਗਈ। ਫੌਜ ਦੇ ਵਿੱਚ ਡਿਊਟੀ ਕਰਦੇ ਹਰਦੀਪ ਸਿੰਘ ਨੂੰ ਪਤਨੀ ਦੇ ਬਿਮਾਰ ਹੋਣ ਦਾ ਪਤਾ ਲੱਗਾ ਤਾਂ ਹਰਦੀਪ ਸਿੰਘ ਨੇ ਤੁਰੰਤ 15 ਦਿਨਾਂ ਦੀ ਛੁੱਟੀ ਮਨਜ਼ੂਰ ਕਰਵਾ ਲਈ। ਜਦੋਂ ਜੋਧਪੁਰ ਤੋਂ ਬੱਸ ਦੇ ਰਾਹੀਂ ਲੁਧਿਆਣੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਅਚਾਨਕ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਬੱਸ ਦੇ ਕੰਡਕਟਰ ਨੂੰ ਲੁਧਿਆਣੇ ਜਾ ਕੇ ਪਤਾ ਲੱਗਿਆ। ਜਦੋਂ ਸਾਰੀਆਂ ਸਵਾਰੀਆਂ ਉਤਰ ਚੁੱਕੀਆਂ ਸਨ ਸਿਵਾਏ ਫੌਜੀ ਹਰਦੀਪ ਸਿੰਘ ਤੋਂ। ਦੱਸਿਆ ਜਾ ਰਿਹਾ ਕਿ ਹਰਦੀਪ ਸਿੰਘ ਨੂੰ ਰਸਤੇ ਦੇ ਵਿੱਚ ਹਾਰਟ ਅਟੈਕ ਹੋਇਆ। ਦੱਸ ਦਈਏ ਕਿ ਇਹ ਫੌਜੀ ਸਮਰਾਲਾ ਦੇ ਪਿੰਡ ਬੀਜਾਂ ਦਾ ਰਹਿਣ ਵਾਲਾ, ਜਿਸ ਦੇ ਦੋ ਬੱਚੇ ਨੇ। ਅੱਜ ਨਾਇਕ ਹਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ, ਪਰ ਦੁੱਖ ਦੀ ਗੱਲ ਹੈ ਕਿ ਹਲਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਨਾ ਹੋਇਆ। ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੀ ਡਿਊਟੀ ਲਗਾਈ ਗਈ ਸੀ, ਜਿਨ੍ਹਾਂ ਇੱਕ ਘੰਟਾ ਬਾਅਦ ਪਹੁੰਚ ਕੇ ਫੌਜੀ ਜਵਾਨ ਹਰਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਡਿਊਟੀ ਦੌਰਾਨ ਹਰਦੀਪ ਸਿੰਘ ਦੀ ਮੌਤ ਹੋਈ, ਇਸ ਕਰਕੇ ਬਾਕੀ ਸ਼ਹੀਦਾਂ ਵਾਂਗ ਉਸ ਨੂੰ ਸ਼ਹੀਦ ਦਾ ਦਰਜਾ ਅਤੇ ਬਾਕੀ ਸਹੂਲਤਾਂ ਦਿੱਤੀਆਂ ਜਾਣ। ਛੁੱਟੀ ਲੈਣੀ ਬਸ ਛੁੱਟੀ ਲੈ ਕੇ ਆ ਗਏ। ਫਿਰ ਹੋਇਆ ਕੀ ਉਹਨਾਂ ਨੂੰ? ਉਹਨਾਂ ਦੀ ਬਸ ਹਾਰਟ ਅਟੈਕ ਹੋ ਗਿਆ। ਕਿੱਥੇ ਹੋਇਆ? ਕਿੱਥੇ? ਲੁਧਿਆਣੇ। ਕਿੰਨੇ ਕਿੰਨੇ ਬੱਚੇ? ਕਿੰਨੇ ਨੇ? ਦੋ ਜੀ, ਦੋਵੇਂ ਮੁੰਡੇ। ਮੇਰਾ ਨਾਮ ਐਕਸਮੈਨ ਪ੍ਰਿਥੀ ਸਿੰਘ। ਪ੍ਰਿਥੀ ਸਿੰਘ ਜੀ, ਜੋ ਫੌਜ ਦੇ ਵਿੱਚ ਸੀਗੇ, ਆਰਮੀ ਦੇ ਵਿੱਚ ਸੀ, ਕੌਣ ਸੀਗੇ? ਮੇਰੇ ਜੀਜਾ ਜੀ ਸੀਗੇ। ਕੀ ਹੋਇਆ ਉਹਨਾਂ ਨਾਲ? ਉਹਨਾਂ ਮਤਲਬ ਮੇਰੇ ਵਾਈਫ ਆਪਣੇ ਹੋਈ ਸਿਸਟਰ ਬਿਮਾਰ ਸੀਗੇ ਜੀ, ਅਤੇ ਉਹ ਛੁੱਟੀ ਲੈ ਕੇ ਆ ਰਹੇ ਸੀਗੇ। ਕਿੱਥੇ ਡਿਊਟੀ ਕਿੱਥੇ ਸੀਗੀ? ਉਹ ਜੋਧਪੁਰ 117 ਇੰਜੀਨੀਅਰ ਦੇ ਵਿੱਚ ਸੀਗੀ। ਕਦੋਂ ਦੇ ਭਰਤੀ ਸੀਗੇ? 2003 ਦੇ ਭਰਤੀ ਸੀਗੇ। ਓਕੇ, ਕਿੰਨੇ ਬੱਚੇ? ਕਿੰਨੇ ਨੇ? ਦੋ ਲੜਕੇ ਹੈ ਜੀ। ਰਿਟਾਇਰਮੈਂਟ 'ਚ ਕਿੰਨਾ ਚਿਰ ਰਹਿੰਦਾ ਸੀਗਾ? ਉਹਨਾਂ ਦੇ 2 ਸਾਲ ਰਹਿੰਦੇ ਸੀਗੇ ਰਿਟਾਇਰਮੈਂਟ। ਜਿਵੇਂ ਕੱਲ੍ਹ ਕਿਸਾਨਾਂ ਦਾ ਧਰਨਾ ਸੀ, ਧਰਨੇ ਦੇ ਵਿੱਚ ਤਾਂ ਨਹੀਂ ਸੀਗੇ ਵੀ ਉੱਧਰੋਂ ਆ ਰਹੇ ਬੱਸ ਉੱਥੇ ਕਿਤੇ ਰਸਤੇ ਦੇ ਵਿੱਚ ਖੜੀ ਹੋਵੇ? ਨਹੀਂ ਨਹੀਂ ਸਰ, ਇੱਦਾਂ ਨਹੀਂ ਜੀ। ਕੀ ਮੰਗ ਕਰਦੇ ਹੋ? ਬਸ ਉਹਨਾਂ ਸ਼ਹੀਦਾਂ ਦਾ ਦਰਜਾ ਦਿੱਤਾ ਜਾਵੇ ਸਰ, ਕਿਉਂਕਿ ਉਹ ਘਰ ਤਾਂ ਪਹੁੰਚੇ ਨਹੀਂ ਹੈਗੇ। ਰਸਤੇ ਵਿੱਚ ਉਹਨਾਂ ਦੀ ਪਤਾ ਨਹੀਂ ਕਦੋਂ ਡੈਥ ਹੋਈ, ਉਦੋਂ ਸੁਬਹਾ ਉਹਨਾਂ ਨੇ ਬੱਸ ਜਦੋਂ ਉੱਤਮ ਤੋਂ ਬਾਅਦ ਚੈੱਕ ਕੀਤਾ ਜੀ, ਉਹ ਡੈਡ ਸੀਗੇ। ਬੱਚੇ ਕਿੰਨੇ ਕਿੰਨੇ ਸਾਲ ਦੇ ਨੇ? ਵੱਡਾ ਬੱਚਾ 11 ਸਾਲ ਦਾ ਜੀ, 12 ਸਾਲ ਦਾ। ਦੂਸਰਾ 9 ਸਾਲ ਦਾ ਜੀ। ਮੰਮੀ ਡੈਡੀ ਦੀ ਵੀ ਕਹਿੰਦੇ ਡੈਥ ਹੋ ਚੁੱਕੀ ਹੈ। ਹਾਂਜੀ। ਬੱਚਿਆਂ ਨੂੰ ਸਾਂਭਣੇ ਵਾਲਾ ਕੌਣ ਆ ਹੁਣ ਮਗਰ? ਬੱਚਿਆਂ ਨੂੰ ਸਾਂਭਣੇ ਵਾਲਾ ਕੋਈ ਨਹੀਂ ਹੈ, ਮੈਂ ਉਹਨਾਂ ਦਾ ਬ੍ਰਦਰ ਆ ਜੀ, ਮੈਂ ਕੇਅਰ ਕਰਦਾ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੁਬਦਾ ਰਸ਼ਪਾਲ ਸਿੰਘ ਹੈ। ਰਸ਼ਪਾਲ ਸਿੰਘ ਜੀ, ਹਰਦੀਪ ਸਿੰਘ ਦੀ ਜੋ ਡੈਥ ਹੋਈ ਆ, ਕੀ ਹੋਇਆ ਉਹਨਾਂ ਨਾਲ? ਨਾਇਕ ਹਰਦੀਪ ਸਿੰਘ ਸਾਡੀ ਯੂਨਿਟ ਦਾ ਹੀ ਸੀਗਾ ਜੀ, ਅਤੇ ਇਹ ਛੁੱਟੀ ਆਏ ਹੋਏ ਸੀਗੇ ਅਤੇ ਛੁੱਟੀ ਕੱਟ ਕੇ ਵਾਪਸ ਚਲੇ ਗਏ ਆਪਣੀ ਯੂਨਿਟ ਦੇ ਵਿੱਚ ਜੋਧਪੁਰ। ਅਤੇ ਜੋਧਪੁਰ ਤੋਂ ਜਦੋਂ ਫਿਰ ਇਹਨਾਂ ਨੇ ਜਾ ਕੇ ਉੱਥੇ ਦੱਸਿਆ ਕੁਛ ਘਰ ਪ੍ਰੋਬਲਮ ਆ ਫੈਮਿਲੀ ਦੀ, ਅਤੇ ਇਹਨਾਂ ਨੂੰ ਫਿਰ ਵੀ ਮੈਂ ਦੁਬਾਰਾ ਛੁੱਟੀ ਜਾਣਾ, ਅਤੇ ਇਸ ਤੋਂ ਇਹਨੂੰ ਫਿਰ 15 ਦਿਨ ਦੀ ਦੁਬਾਰਾ ਛੁੱਟੀ ਬਣਾ ਕੇ ਵਾਪਸ ਭੇਜਿਆ 22 ਤਰੀਕ ਨੂੰ। ਅਤੇ 23 ਤਰੀਕ ਨੂੰ ਇੱਥੇ ਬੱਸ ਸਟੈਂਡ ਲੁਧਿਆਣਾ ਕਨੈਕਟ ਨੇ ਆ ਕੇ ਦੇਖਿਆ ਕਿ ਚੈੱਕ ਕੀਤਾ ਉਹਨੂੰ, ਹਰਦੀਪ ਸਿੰਘ ਨੂੰ, ਵੀ ਕੋਈ ਹਰਕਤ ਨਹੀਂ ਹੋ ਰਹੀ ਬਾਡੀ ਦੇ ਵਿੱਚ, ਅਤੇ ਉਹਨਾਂ ਨੇ ਫਿਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ, ਅਤੇ ਪੁਲਿਸ ਉਸ ਮੌਕੇ 'ਤੇ ਆ ਕੇ ਚੌਂਕੀ ਪੁਲਿਸ ਆਈ ਸੀ, ਅਤੇ ਉਹਨਾਂ ਨੇ ਫਿਰ ਐਂਬੂਲੈਂਸ ਮਿਲਾ ਕੇ ਗੌਰਮੈਂਟ ਹੋਸਪਿਟਲ ਲੈ ਕੇ ਗਏ। ਅਤੇ ਭਰਤੀ ਕਦੋਂ ਦਾ ਸੀਗਾ ਜੀ? ਭਰਤੀ 2003 'ਚ ਹੋਏ। ਅਤੇ ਰਿਟਾਇਰਮੈਂਟ ਕਿੰਨਾ ਚਿਰ ਰਹਿੰਦਾ ਸੀਗਾ? ਰਿਟਾਇਰਮੈਂਟ ਹੋਣ ਵਿੱਚ 2-3 ਸਾਲ ਬਾਕੀ ਸੀ। ਕਿੰਨੇ ਬੱਚੇ ਨੇ ਹਰਦੀਪ ਸਿੰਘ ਦੇ? 2 ਬੱਚੇ ਨੇ। ਕੀ ਹੁਣ ਮਦਦ ਕੀਤੀ ਜਾਊਗੀ ਪਰਿਵਾਰ ਦੀ? ਮਦਦ ਜੋ ਵੀ ਸਾਡੀ ਬਣਦੀ ਮਦਦ ਹੋਊਗੀ, ਯੂਨਿਟ ਵੱਲੋਂ ਹੋਊਗੀ, ਜੋ ਵੀ ਸਾਡੇ ਵੱਲੋਂ ਬਣਦੀ ਮਦਦ ਹੋਊਗੀ ਉਹ ਦਿੱਤੀ ਜਾਊਗੀ। ਮੈਮ, ਜੋ ਸ਼ਹੀਦ ਫੌਜੀ ਦੀ ਡੈਥ ਹੋਈ ਆ, ਕੀ ਕਹੋਗੇ ਤੁਸੀਂ ਪਹੁੰਚੋ ਮੌਕੇ 'ਤੇ? ਇਹ ਇੱਕ ਬਹੁਤ ਹੀ ਦੁਖਦ ਜਿਹੜਾ ਹੈਗਾ ਵਾਕਾ ਹੋਇਆ ਹੈਗਾ ਇੱਥੇ। ਇਹ ਜਿਹੜੇ ਸ਼ਹੀਦ ਹੋਏ ਨੇ, ਇਹਨਾਂ ਦੀ ਉਮਰ ਤਕਰੀਬਨ 39 ਸਾਲ ਸੀ। ਨਾਮ ਇਹਨਾਂ ਦਾ ਹਰਦੀਪ ਸਿੰਘ ਆ, ਅਤੇ ਇਹ ਕੱਲ੍ਹ ਛੁੱਟੀ ਲੈ ਕੇ ਵਾਪਸ ਆ ਰਹੇ ਸੀ ਤਾਂ ਲੁਧਿਆਣਾ ਬੱਸ ਸਟੈਂਡ ਦੇ ਉੱਤੇ ਇਹਨਾਂ ਨੂੰ ਥੋੜ੍ਹੀ ਦਿੱਕਤ ਆਈ, ਅਤੇ ਉਹ ਪ੍ਰੋਬਲਮ ਮਤਲਬ ਇੰਨੀ ਵੱਧ ਗਈ ਕਿ ਇਹਨਾਂ ਦੀ ਇਹਨੇ ਸ਼ਹੀਦੀ ਪਾ ਗਏ। ਅਤੇ ਪਰਿਵਾਰ ਦੇ ਵਿੱਚ 2 ਬੇਟੇ ਆ ਇਹਨਾਂ ਦੇ, ਇੱਕ ਵਾਈਫ ਹੈ, ਅਤੇ ਉਹ ਹੈਗੇ ਆ। ਅਤੇ ਸਰਕਾਰ ਵੱਲੋਂ ਮੈਂ ਇੱਥੇ ਆਪਣੀ ਹਾਜ਼ਰੀ ਲਗਵਾਉਣ ਆਈ ਹਾਂ, ਮੈਂ ਬਤੌਰ ਨਾਇਬ ਤਹਿਸੀਲਦਾਰ ਖੰਨਾ ਪੋਸਟਡ ਹੈਗੀ ਹਾਂ, ਅਤੇ ਬਹੁਤ ਹੀ
ਜਿਹੜਾ ਦੁਖਦ ਹੈਗਾ ਇਹ ਵਾਕਾ ਸਰਕਾਰ ਵੱਲੋਂ ਜੋ ਵੀ ਮਦਦ ਦਾ ਹੋਏਗਾ ਉਹ ਇਹਨਾਂ ਤੱਕ ਜ਼ਰੂਰ ਪਹੁੰਚ ਜਾਏਗੀ। ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ। ਉਹ ਜਿਵੇਂ ਵੀ ਸਰਕਾਰ ਦੇ ਰੂਲਸ ਮੁਤਾਬਕ ਜੋ ਵੀ ਹੈਗਾ ਉਹਦੇ ਮੁਤਾਬਕ ਕਾਰਵਾਈ ਹੈ ਜਿਹੜੀ ਉਹ ਕਰ ਦਿੱਤੀ ਜਾਵੇ।